ਰਾਜਪੁਰਾ ਪੁਲਿਸ ਦੇ ਵੱਲੋਂ ਇੱਕ ਸਨੈਚਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਪਾਸੋਂ ਵੱਖ-ਵੱਖ ਥਾਵਾਂ ਤੋਂ ਲੋਕਾਂ ਨੂੰ ਦਾਤ ਦਿਖਾ ਕੇ ਖੋਹ ਕੀਤੇ ਗਏ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਇਸ ਸੰਬੰਧੀ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਭੱਟੀ SHO ਥਾਣਾ ਸਿਟੀ ਰਾਜਪੁਰਾ ਜੀ ਨੇ ਜਾਣਕਾਰੀ ਦਿੱਤੀ ਹੈ ਪੱਤਰਕਾਰਾਂ ਨੂੰ, ਜਿੱਥੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਸ੍ਰੀ ਵਰੁਣ ਸ਼ਰਮਾ IPS SSP ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਯੋਗੇਸ਼ ਸ਼ਰਮਾ PPS ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਤੇ ਸ੍ਰੀ ਵਿਕਰਮਜੀਤ ਸਿੰਘ ਬਰਾੜ PPS ਉਪ ਕਪਤਾਨ ਪੁਲਿਸ ਰਾਜਪੁਰਾ ਦੀ ਯੋਗ ਅਗਵਾਈ ਦੇ ਹੇਠ ASI ਗੁਰਵਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਕਸਤੂਰਬਾ ਸੇਵਾ ਮੰਦਰ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਵਿਰੁੱਧ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਹੀ ਕਾਰਵਾਈ ਕੀਤੀ ਗਈ ਹੈ, ਜਿੱਥੇ ਬੀਤੇ ਦਿਨਾਂ ਦੇ ਵਿੱਚ IPC ਦੀ ਧਾਰਾ ਲਗਾ ਕੇ ਸਿਟੀ ਥਾਣਾ ਬਰ ਖਿਲਾਫ਼ ਸੁਨੀਲ ਕੁਮਾਰ ਪੁੱਤਰ ਸੁਰੇਸ਼ ਕੁਮਾਰ ਭੂਰਾ ਅਤੇ ਸੋਹਿਤ ਉਰਫ ਪੰਡਿਤ ਵਾਸੀਆਨ ਰਾਜਪੁਰਾ ਦੇ ਦਰਜ ਰਜਿਸਟਰ ਕਰਕੇ ਤਫਤੀਸ਼ ਜਿਹੜੀ ਆ ਅਮਲ ਦੇ ਵਿੱਚ ਲਿਆਂਦੀ ਗਈ ਅਤੇ ਦੋਸ਼ੀ ਸੁਨੀਲ ਕੁਮਾਰ ਦੇ ਵੱਲੋਂ ਵੱਖ ਵੱਖ ਵਾਰਦਾਤਾਂ ਦੇ ਵਿੱਚ ਵਰਤੇ ਗਏ 10 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ। ਦੋਸ਼ੀ ਸੁਨੀਲ ਕੁਮਾਰ ਉਕਤ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਦੇ ਨਾਲ ਅੱਗੇ ਪੁੱਛਗਿੱਛ ਕੀਤੀ ਜਾਵੇਗੀ। ਅਸੀਂ ਕਹਿਣਾ ਚਾਹੁੰਦੇ ਹਾਂ ਜੀ, ਪੰਜਾਬ ਪੁਲਿਸ ਹਮੇਸ਼ਾ ਆਪਣੀ ਡਿਊਟੀ 'ਤੇ ਪੂਰੀ ਤੈਨਾਤ ਆ, ਤਨਦੇਹੀ ਨਾਲ। ਰਾਜਪੁਰਾ ਵਿੱਚ ਜੋ ਪਹਿਲਾਂ ਵਾਰਦਾਤਾਂ ਦਾ ਹੋਇਆ ਸੀਗਾ, 2-4 ਵਾਰਦਾਤਾਂ ਮੂਹਰੇ ਆਈਆਂ ਸੀਗੀਆਂ ਜਿਹੜੇ ਫੋਨ, ਉਸ ਦੀ ਲੜੀ ਵਿੱਚ ਅਸੀਂ ਕਾਫੀ ਜ਼ਿਆਦਾ ਨਾਕੇਬੰਦੀ ਅਤੇ ਚੈਕਿੰਗ ਵਧਾਈ ਹੋਈ ਸੀਗੀ। ਸਾਨੂੰ ਕਾਫੀ ਸੋਰਸਿਸ ਤੋਂ ਇਨਫੋਰਮੇਸ਼ਨ ਇਕੱਠੀ ਹੋਈ, ਜਿਸ ਦੇ ਸੰਬੰਧ 'ਚ ਅਸੀਂ ਇੱਕ ਪਰਚਾ ਦਰਜ ਕੀਤਾ ਅਤੇ ਦੋਸ਼ੀ ਗ੍ਰਿਫਤਾਰ ਕੀਤਾ, ਜਿਹਦੇ ਪਾਸੋਂ ਸਾਨੂੰ 10 ਖੋਹ ਕੀਤੇ ਹੋਏ ਮੋਬਾਈਲ ਫੋਨ ਬਰਾਮਦ ਹੋਏ ਨੇ ਅਤੇ ਜਿਹੜੇ ਹਥਿਆਰ ਨਾਲ ਉਹ ਲੋਕਾਂ ਨੂੰ ਡਰਾ ਕੇ ਖੋਹ ਕਰਦਾ ਸੀਗਾ ਮੂੰਹ ਹਨੇਰੇ ਟਾਈਮ ਦੇ ਵਿੱਚ ਜਾਂ ਰਾਤ ਨੂੰ ਲੇਟ ਨਾਈਟ ਜਾਂ ਸਵੇਰ ਦੇ ਮੂੰਹ ਹਨੇਰੇ ਟਾਈਮ ਉਸ ਟਾਈਮ ਖੋਹ ਕਰਦਾ ਸੀਗਾ, ਉਹ ਸਾਰੇ ਫੋਨ ਅਸੀਂ ਰਿਕਵਰ ਕੀਤੇ ਨੇ ਅਤੇ ਹੋਰ ਵੀ ਕਾਫੀ ਵਾਰਦਾਤਾਂ ਮੰਨੇ ਆ ਅਤੇ ਉਹ ਵੀ ਜਲਦ ਤੋਂ ਜਲਦ ਇਸ ਤੋਂ ਰਿਕਵਰ ਕਰਾਇਆ ਜਾਵੇ। ਸਰ, ਇਹ ਵਾਰਦਾਤਾਂ ਲਈ ਕੀ ਮਤਲਬ ਆਪਣੀ ਨੀਤੀ ਅਪਣਾਉਂਦੇ ਸੀ, ਕਿਸ ਤਰ੍ਹਾਂ ਦੋ ਹੀ ਆ ਕਿਸੇ ਨਾਲ ਕੀਤਾ? ਇਹ ਜੀ, ਜੋ ਅਸੀਂ ਪੁੱਛਗਿੱਛ ਕੀਤੀ ਹੈ ਸਾਨੂੰ ਪਤਾ ਲੱਗਿਆ ਟੋਟਲ 3 ਬੰਦਿਆਂ ਦਾ ਗਰੋਹ ਸੀ, ਜਿਹਨਾਂ ਵਿੱਚੋਂ 1 ਅਸੀਂ ਅਰੈਸਟ ਕਰ ਲਿਆ, 2 ਤੇ ਸਾਡਾ ਟਰੈਪ ਲੱਗਿਆ ਹੋਇਆ, ਉਹ ਵੀ ਜਲਦ ਹੀ ਅਸੀਂ ਅਰੈਸਟ ਕਰ ਲਾਂਗੇ। ਇਹ 3 ਜਣੇ ਮੋਟਰਸਾਈਕਲ 'ਤੇ ਹੁੰਦੇ ਸੀਗੇ ਜਾਂ ਕੋਈ ਪੈਦਲ ਜਾ ਰਿਹਾ ਜਿਵੇਂ ਸਵੇਰੇ ਸੈਰ ਕਰ ਰਿਹਾ, ਕੋਈ ਰਾਤ ਨੂੰ ਆਪਣੇ ਕੰਮ ਤੋਂ ਘਰ ਨੂੰ ਜਾ ਰਿਹਾ। ਉਸ ਟਾਈਮ ਇਕੱਲੇ ਬੰਦੇ ਨੂੰ ਦੇਖ ਕੇ ਘੇਰ ਕੇ ਉਸਨੂੰ ਡਰਾ ਕੇ ਉਸਦਾ ਫੋਨ ਖੋਦੇ ਸੀਗੇ। ਇਹ ਲੋਕਲ ਜੀ, ਰਾਜਪੁਰ ਦੇ ਰਹਿਣ ਵਾਲੇ। ਮਾਰ ਕੇ ਹਿੱਟ ਵੀ ਕਰਦੇ ਸੀ, ਕਿਸ ਨੂੰ ਮਾਰਿਆ ਵੀ ਇਹਨਾਂ ਨੇ, ਇਹ ਜੋ ਹਥਿਆਰ ਦਾ ਹੈਗਾ ਜੀ? ਨਹੀਂ ਜੀ, ਇਹ ਸਿਰਫ ਡਰਾਉਣ ਲਈ ਵਰਤਦੇ ਸੀਗੇ, ਹਿੱਟ ਨਹੀਂ ਇਹਨਾਂ ਨੇ ਕਿਸੇ ਨੂੰ ਕੀਤਾ, ਇਹ ਸਿਰਫ ਡਰਾ ਕੇ ਉਸਦਾ ਫੋਨ ਖੋ ਕੇ ਉੱਥੋਂ ਭੱਜ ਜਾਂਦੇ ਸੀ। ਕਿੰਨੀਆਂ ਕਿਹਦੇ ਬੰਦੇ ਤੋਂ ਵੀ ਕਿੱਥੋਂ ਕਿਹਦੇ ਮੋਬਾਈਲ ਕਿਹੜਾ ਫੋਨ ਕਿੱਥੋਂ ਖੋਇਆ, ਕਿੰਨੇ ਵਜੇ ਖੋਇਆ, ਫਿਰ ਉਹ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਉਹਨਾਂ ਨਾਲ ਟੈਲੀ ਕਰਕੇ ਬਣਦੇ ਵਾਰਸਾਂ ਤੱਕ ਉਹਨਾਂ ਦੇ ਫੋਨ ਪਹੁੰਚਾਏ ਜਾਣ। ਪਹਿਲਾਂ ਕੋਈ ਮੁਕੱਦਮਾ ਸਰ ਇਸ ਤੇ ਕੋਈ ਦਰਜ ਹੋਇਆ? ਪਹਿਲਾਂ ਨਹੀਂ ਇਹਨਾਂ ਤੇ ਕੋਈ ਮੁਕੱਦਮਾ ਦਰਜ ਹੈਗਾ ਜੀ। ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਵੈਸੇ, ਇਹਨਾਂ ਨੇ ਦੱਸਿਆ ਕੁਛ? ਇਹ ਜੀ ਹੁਣੇ ਜਿਹੜੇ 15-20 ਦਿਨ ਮਹੀਨੇ ਤੋਂ ਇਹ ਇਸ ਕੰਮ ਨੂੰ ਅੰਜਾਮ ਦੇ ਰਹੇ ਸੀਗੇ। ਰਹਿਣ ਵਾਲੇ ਕਿੱਥੇ ਦੇ ਲੋਕ ਸੀ? ਹਾਂਜੀ, ਬਹੁਤ ਖੋਏ ਸੀਗੇ। ਹਾਂਜੀ ਹਾਂਜੀ, ਸਰ ਲੋਕਲ ਹੈ ਜੀ? ਲੋਕਲ ਨੇ ਜੀ। ਤੁਹਾਨੂੰ ਹੁਣ ਕਿੰਨੀਆਂ ਵਾਰਦਾਤਾਂ ਇਹਨਾਂ ਨੇ ਕਬੂਲ ਕੀਤੀਆਂ ਜੀ ਜਾਂ ਕਿੰਨੇ? ਇਹਨਾਂ ਨੇ ਤਕਰੀਬਨ 15-16 ਵਾਰਦਾਤਾਂ ਹਾਲੇ ਕਬੂਲ ਕਰ ਲਈਆਂ ਨੇ ਜੀ, ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ।
ਹੋਰ ਵੀ ਜਿੰਨੀਆਂ ਮੰਨਣਗੇ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੇ ਹੋਰ ਰਿਕਵਰੀ ਕਰਕੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਕਿੱਥੇ ਵੇਚਦੇ ਸੀਗੇ ਮੋਬਾਈਲ? ਹਾਲੇ ਜੀ ਉਹਨਾਂ ਦਾ ਰਿਮਾਂਡ ਲਵਾਂਗੇ ਆਪਾਂ, ਰਿਮਾਂਡ ਦੇ ਵਿੱਚ ਪ੍ਰੋਪਰ ਪੁੱਛਗਿੱਛ ਕਰਕੇ ਤੁਹਾਨੂੰ ਸਾਰੀ ਇੱਕ ਇੱਕ ਡਿਟੇਲ ਤੁਹਾਡੇ ਨਾਲ ਪ੍ਰੈਸ ਨਾਲ ਸ਼ੇਅਰ ਕੀਤੀ ਜਿਹੜੇ ਮੋਬਾਈਲ ਬਰਾਮਦ ਹੋਏ ਨੇ ਜੀ ਇਹਨਾਂ ਦੇ ਫਿਰ ਵਾਰਸਾਂ ਨੂੰ ਅੱਗੇ ਪੂਰਾ ਇਹਨਾਂ ਦਾ ਕੰਟੈਕਟ ਕਰਕੇ ਉਹਨਾਂ ਨੂੰ ਉਹਨਾਂ ਦੇ ਬਣਦੇ ਫੋਨ ਜਿਹਨਾਂ ਜਿਹਨਾਂ ਦੇ ਹੈਗੇ ਨੇ ਖੋਏ ਹੋਏ ਸਭ ਨੂੰ ਉਹਨਾਂ ਦੇ ਫੋਨ ਪਹੁੰਚਾਏ ਜਾਣਗੇ। ਉਹਨਾਂ ਦਾ ਹਾਲੇ ਜੀ ਚੱਲ ਰਿਹਾ, ਹਾਲੇ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ, ਹਾਲੇ ਆਪਾਂ ਅਰੈਸਟ ਕੀਤੇ ਨੇ ਇਹਨਾਂ ਦਾ, ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਫਿਰ ਤੁਹਾਨੂੰ ਸਹੀ ਮੈਂ ਇਨਫੋਰਮੇਸ਼ਨ। ਹੋਰ ਵੀ ਬੰਦੇ ਹੋ ਸਕਦੇ ਆ ਕਿ ਰਾਜਪੁਰਾ ਵਾਸੀ ਹੁਣ ਚੈਨ ਦੀ ਨੀਂਦ ਸੋ ਸਕਦੇ ਕਿ ਵੀ ਹੁਣ ਰਾਜਪੁਰਾ ਵਾਸੀ ਜੀ ਪਹਿਲਾਂ ਵੀ ਚੈਨ ਦੀ ਨੀਂਦ ਸੋਂਦੇ ਸੀਗੇ, ਵਿੱਚ ਜੇ ਇਹ ਗਰੋਹ ਆਏ ਸੀਗੇ ਇੱਕ ਦੋ, ਅਸੀਂ ਸਾਰੇ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਅਸੀਂ ਇੱਕ ਇੱਕ ਕਰਕੇ ਅਰੈਸਟ ਕਰ ਲਏ ਨੇ, ਅਤੇ ਸਾਡੇ ਵੱਲੋਂ ਇਹੀ ਆ ਵੀ ਪੂਰੀ ਅਮਨ ਸ਼ਾਂਤੀ ਬਣਾਈ ਰੱਖੇ ਰਾਜਪੁਰੇ ਦੇ ਵਿੱਚ, ਅਸੀਂ ਆਪਣੀ ਡਿਊਟੀ 'ਤੇ ਪੂਰੇ ਲੱਗੇ ਹੋਏ ਹਾਂ ਅਤੇ ਪੂਰੀ ਸਹਾਇਤਾ ਕਰਾਂਗੇ। ਸਰ ਕੁਛ ਲੋਕਾਂ ਵੱਲੋਂ ਪੁਲਿਸ ਨੂੰ ਬਿਨਾਂ ਇਨਫੋਰਮੇਸ਼ਨ ਦਿੱਤੇ ਆਪਣੇ ਘਰਾਂ ਦੇ ਵਿੱਚ ਕੁਛ ਕਿਰਾਏਦਾਰ ਵੀ ਰੱਖੇ ਹੋਏ ਨੇ, ਇਸ ਤਰ੍ਹਾਂ ਦੇ ਲੋਕ ਇਹਦੇ ਬਾਰੇ ਵੀ ਪੁਲਿਸ ਚੈਕਿੰਗ ਕਰਦੀ ਸਰ? ਇਹਨਾਂ ਬਾਰੇ ਜੀ ਟਾਈਮ ਟੂ ਟਾਈਮ ਜਿਵੇਂ ਸਾਨੂੰ ਗਾਈਡਲਾਈਨਸ ਆਉਂਦੀ ਨੇ ਅਸੀਂ ਚੈਕਿੰਗ ਕਰਦੇ ਹਾਂ, ਬਾਕੀ ਕਿਰਾਏਦਾਰਾਂ ਨੂੰ ਜਿਹੜੇ ਕਿਰਾਏ 'ਤੇ ਦਿੰਦੇ ਨੇ ਉਹਨਾਂ ਨੂੰ ਪ੍ਰੋਪਰ ਨੋਟੀਫਿਕੇਸ਼ਨ ਅਸੀਂ ਕਰਦੇ ਹਾਂ, ਰਿਟਰਨ ਦਿੰਦੇ ਹਾਂ ਵੀ ਇਹਨਾਂ ਦੀ ਜੋ ਵੀ ਤੁਸੀਂ ਕਿਰਾਏਦਾਰ ਰੱਖਦੇ ਉਹਨਾਂ ਦਾ ਰਿਟਰਨ ਸਾਨੂੰ ਰਿਕਾਰਡ ਥਾਣੇ ਵਿੱਚ ਦਿੱਤਾ ਜਾਵੇ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। ਨਿਊਜ਼ 89 ਪੰਜਾਬ, ਹਰ ਖਬਰ ਜਿਸ ਦਾ ਹੋਵੇ ਅਸਰ।